ਹੁਣ ਫਗਵਾੜਾ ਚ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਨਹੀਂ ਸੇਫ। ਮਾਲਕ ਨੇ ਰਾਤ 10 ਵਜੇ ਖੜੀ ਕੀਤੀ ਗੱਡੀ ਤਾਂ ਸਵੇਰੇ ਸੈਰ ਕਰਨ ਵੇਲੇ ਵੇਖਿਆ ਤਾਂ ਉੱਡੇ ਹੋਸ਼। ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਖੜੀਆਂ ਕਰਦੇ ਹੋ ਗੱਡੀਆਂ ਤਾਂ ਵੇਖ ਲਵੋ ਇਹ ਪੂਰੀ ਖਬਰ। ਜੀ ਹਾਂ, ਖਬਰ ਫਗਵਾੜਾ ਦੇ ਪਲਾਹੀ ਗੇਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਚੋਰ ਦੇ ਵੱਲੋਂ ਇੱਕ ਜ਼ੈਨ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਹਨੇਰੇ ਵਿੱਚ ਖੜੀ ਗੱਡੀ ਨੂੰ ਲੈ ਕੇ ਚੋਰ ਫਰਾਰ ਹੋ ਗਏ ਨੇ। ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਉੱਥੇ ਹੀ ਗੱਡੀ ਦੇ ਮਾਲਕ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਹੈ ਕਿ ਉਸਨੇ ਦੱਸਿਆ ਰਾਤ ਕਰੀਬ 10 ਵਜੇ ਉਸਨੇ ਗੱਡੀ ਖੜੀ ਕੀਤੀ ਸੀ, ਪਰ ਸਵੇਰੇ ਸੈਰ ਕਰਦੇ ਦੌਰਾਨ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਗੱਡੀ ਚੋਰੀ ਹੋ ਚੁੱਕੀ ਹੈ। ਉੱਥੇ ਸੀਸੀਟੀਵੀ ਖੰਗਾਲਣ ਤੇ ਪਤਾ ਲੱਗਿਆ ਹੈ ਕਿ ਕਰੀਬ 2 ਵਿਅਕਤੀਆਂ ਨੇ ਇਸ ਗੱਡੀ ਦੀ ਚੋਰੀ ਕੀਤੀ ਹੈ। ਉਹਨੇ ਇਹ ਵੀ ਕਿਹਾ ਹੈ ਕਿ ਚੋਰ ਆਲਟੋ ਗੱਡੀ ਦੇ ਵਿੱਚ ਸਵਾਰ ਸਨ ਤੇ ਇੱਕ ਵਿਅਕਤੀ ਉਤਰ ਕੇ ਦੂਜੀ ਗੱਡੀ 'ਚ ਚਾਬੀ ਲਗਾ ਕੇ ਇੱਕ ਆਲਟੋ ਕਾਰ 'ਚ ਵਾਪਸ ਜਾਂਦਾ ਹੈ ਤੇ ਦੂਸਰਾ ਚੋਰੀ ਕੀਤੀ ਗੱਡੀ ਜਿਹੜੀ ਜ਼ੈਨ ਹੈ ਉਸ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ ਤੇ ਘਟਨਾ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਗੱਡੀ ਦੇ ਮਾਲਕ ਨੇ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ। ਸਰ, ਰਾਤੀ ਅਸੀਂ 10 ਵਜੇ ਦੇ ਕਰੀਬ ਗੱਡੀ ਲਾਈ ਹੈ ਇੱਥੇ ਅਤੇ ਆਹ ਇੱਥੇ ਲੱਗੀ ਹੋਈ ਸੀਗੀ ਅਤੇ ਸਵੇਰੇ ਜਦੋਂ ਮੁੰਡਾ ਸੈਰ ਕਰਨ ਗਿਆ ਗੱਡੀ ਦੇਖੀ ਹੈ ਤਾਂ ਗੱਡੀ ਸਵੇਰੇ ਹੈ ਨਹੀਂ ਸੀ। ਸਰ, ਕਿਹੜਾ ਮਾਡਲ ਆ ਗੱਡੀ ਦਾ ਅਤੇ ਕਿਹੜਾ ਰੰਗ ਦਾ? 2006 ਮਾਡਲ ਹੈ, ਜੈਨ ਗੱਡੀ ਹੈ, ਸਿਲਵਰ ਕਲਰ ਹੈ ਅਤੇ ਕੈਮਰੇ ਦੀ ਰਿਕਾਰਡਿੰਗ ਦੇਖੀ ਹੈ ਕਿ ਸਰ ਉਹਦੇ ਵਿੱਚ ਆਲਟੋ ਗੱਡੀ 'ਚ ਆਉਂਦੇ ਆ ਬੰਦੇ। ਕਿੰਨੇ ਵਿਅਕਤੀ ਆ ਰਹੇ ਜੀ? ਦੋ ਜਣੇ ਆ ਜੀ ਉਹ ਅਤੇ ਉਹ ਗੱਡੀ ਇੱਕ ਉੱਤਰ ਕੇ ਗੱਡੀ ਦੇ ਵਿੱਚੋਂ ਚਾਬੀ ਲਾਉਂਦਾ ਅਤੇ ਗੱਡੀ ਲੈ ਜਾਂਦਾ, ਉਹ ਟਿੱਪਰ ਮਾਰਦਾ ਹੈ ਦੂਸਰੇ ਨੂੰ ਆਲਟੋ ਵਾਲਾ ਅਤੇ ਉਹ ਗੱਡੀ ਕੱਢ ਕੇ ਲੈ ਜਾਂਦਾ ਹੈ। ਅਤੇ ਕਿੰਨੇ ਕੁ ਵਜੇ ਦਾ ਹਾਦਸਾ ਹੈ? ਇਹ ਕੋਈ 4:10 ਵਜੇ ਦਾ, 4:10 ਦਾ। ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ ਆਪਾਂ? ਮੰਗ ਸਰ ਇਹੀ ਹੈ ਕਿ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਜਲਦੀ ਤੋਂ ਜਲਦੀ ਅਤੇ ਇਹਨਾਂ ਨੂੰ ਜਿਹੜੇ ਇਹ ਗਰੋਹ ਹੈਗਾ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਇੱਦਾਂ ਦੀ ਵਾਰਦਾਤ ਨਾ ਹੋ ਸਕੇ। ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨੂੰ ਲੈ ਕੇ? ਜੀ ਕਰਕੇ ਆਇਆ ਜੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਹੁਣ ਫਗਵਾੜਾ 'ਚ ਘਰ ਦੇ ਬਾਹਰ ਖੜੀਆਂ ਗੱਡੀਆਂ ਵੀ ਨਹੀਂ ਸੇਫ। ਮਾਲਕ ਨੇ ਰਾਤ 10 ਵਜੇ ਖੜੀ ਕੀਤੀ ਗੱਡੀ ਤਾਂ ਸਵੇਰੇ ਸੈਰ ਕਰਨ ਵੇਲੇ ਵੇਖਿਆ ਤਾਂ ਉੱਡੇ ਹੋਸ਼। ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਖੜੀਆਂ ਕਰਦੇ ਹੋ ਗੱਡੀਆਂ ਤਾਂ ਵੇਖ ਲਵੋ ਇਹ ਪੂਰੀ ਖਬਰ। ਜੀ ਹਾਂ, ਖਬਰ ਫਗਵਾੜਾ ਦੇ ਪਲਾਹੀ ਗੇਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਚੋਰ ਦੇ ਵੱਲੋਂ ਇੱਕ ਜ਼ੈਨ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਹਨੇਰੇ ਵਿੱਚ ਖੜੀ ਗੱਡੀ ਨੂੰ ਲੈ ਕੇ ਚੋਰ ਫਰਾਰ ਹੋ ਗਏ ਨੇ। ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਉੱਥੇ ਹੀ ਗੱਡੀ ਦੇ ਮਾਲਕ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਹੈ ਕਿ ਉਸਨੇ ਦੱਸਿਆ ਰਾਤ ਕਰੀਬ 10 ਵਜੇ ਉਸਨੇ ਗੱਡੀ ਖੜੀ ਕੀਤੀ ਸੀ, ਪਰ ਸਵੇਰੇ ਸੈਰ ਕਰਦੇ ਦੌਰਾਨ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਗੱਡੀ ਚੋਰੀ ਹੋ ਚੁੱਕੀ ਹੈ। ਉੱਥੇ ਸੀਸੀਟੀਵੀ ਖੰਗਾਲਣ ਤੇ ਪਤਾ ਲੱਗਿਆ ਹੈ ਕਿ ਕਰੀਬ 2 ਵਿਅਕਤੀਆਂ ਨੇ ਇਸ ਗੱਡੀ ਦੀ ਚੋਰੀ ਕੀਤੀ ਹੈ। ਉਹਨੇ ਇਹ ਵੀ ਕਿਹਾ ਹੈ ਕਿ ਚੋਰ ਆਲਟੋ ਗੱਡੀ ਦੇ ਵਿੱਚ ਸਵਾਰ ਸਨ ਤੇ ਇੱਕ ਵਿਅਕਤੀ ਉਤਰ ਕੇ ਦੂਜੀ ਗੱਡੀ 'ਚ ਚਾਬੀ ਲਗਾ ਕੇ ਇੱਕ ਆਲਟੋ ਕਾਰ 'ਚ ਵਾਪਸ ਜਾਂਦਾ ਹੈ ਤੇ ਦੂਸਰਾ ਚੋਰੀ ਕੀਤੀ ਗੱਡੀ ਜਿਹੜੀ ਜ਼ੈਨ ਹੈ ਉਸ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ ਤੇ ਘਟਨਾ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਗੱਡੀ ਦੇ ਮਾਲਕ ਨੇ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ। ਸਰ, ਰਾਤੀ ਅਸੀਂ 10 ਵਜੇ ਦੇ ਕਰੀਬ ਗੱਡੀ ਲਾਈ ਹੈ ਇੱਥੇ ਅਤੇ ਆਹ ਇੱਥੇ ਲੱਗੀ ਹੋਈ ਸੀਗੀ ਅਤੇ ਸਵੇਰੇ ਜਦੋਂ ਮੁੰਡਾ ਸੈਰ ਕਰਨ ਗਿਆ ਗੱਡੀ ਦੇਖੀ ਹੈ ਤਾਂ ਗੱਡੀ ਸਵੇਰੇ ਹੈ ਨਹੀਂ ਸੀ। ਸਰ, ਕਿਹੜਾ ਮਾਡਲ ਆ ਗੱਡੀ ਦਾ ਅਤੇ ਕਿਹੜਾ ਰੰਗ ਦਾ? 2006 ਮਾਡਲ ਹੈ, ਜੈਨ ਗੱਡੀ ਹੈ, ਸਿਲਵਰ ਕਲਰ ਹੈ ਅਤੇ
ਕੈਮਰੇ ਦੀ ਰਿਕਾਰਡਿੰਗ ਦੇਖੀ ਹੈ ਕਿ ਸਰ ਉਹਦੇ ਵਿੱਚ ਅਲਟੋ ਗੱਡੀ 'ਚ ਆਉਂਦੇ ਆ ਬੰਦੇ। ਕਿੰਨੇ ਵਿਅਕਤੀ ਆ ਰਹੇ ਜੀ? ਦੋ ਜਣੇ ਆ ਜੀ ਉਹ, ਅਤੇ ਉਹ ਗੱਡੀ ਇੱਕ ਉੱਤਰ ਕੇ ਗੱਡੀ ਦੇ ਵਿੱਚੋਂ ਚਾਬੀ ਲਾਉਂਦਾ ਅਤੇ ਗੱਡੀ ਲੈ ਜਾਂਦਾ, ਉਹ ਟਿੱਪਰ ਮਾਰਦਾ ਹੈ ਦੂਸਰੇ ਨੂੰ ਅਲਟੋ ਵਾਲਾ, ਅਤੇ ਉਹ ਗੱਡੀ ਕੱਢ ਕੇ ਲੈ ਜਾਂਦਾ ਹੈ। ਅਤੇ ਕਿੰਨੇ ਕੁ ਵਜੇ ਦਾ ਹਾਦਸਾ ਹੈ? ਇਹ ਕੋਈ 4:10 ਵਜੇ ਦਾ, 4:10 ਦਾ। ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਹਾਂ ਆਪਾਂ? ਮੰਗ ਸਰ ਇਹੀ ਹੈ ਕਿ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਜਲਦੀ ਤੋਂ ਜਲਦੀ, ਅਤੇ ਇਹਨਾਂ ਨੂੰ ਜਿਹੜੇ ਇਹ ਗਰੋਹ ਹੈਗਾ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਇੱਦਾਂ ਦੀ ਵਾਰਦਾਤ ਨਾ ਹੋ ਸਕੇ। ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨੂੰ ਲੈ ਕੇ? ਜੀ ਜੀ ਕਰਕੇ ਆਇਆ ਜੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।